हाँ जी असलम तुम देख रहे हो पंजाबी पाबी जी मैं भी लै गई मैं थोड़ा तो शेयर कराँगा बोनस जया रैत की एमरजेंसा रैत की एमरजेंस का जोड़ा प्रोडक्ट आया दो महीने के लिए नवंबर और दिसंबर दे और अलावा मैं तुम्हारा शेयर करना चाहगा फोन दो क्योंकि काफ़ी दिनों मैं भी नहीं बना सकता प्रॉपर इसमें मौजूद देते हैं तो मैं आपू थोड़ा जिन बिजी रहा हाँ तो काफ़ी बंदे मैं कह रहे हैं कि वीडियो बनाओ जो कुछ अपडेट है नवी मैं थोड़ा शेयर कराँगा ਤੇ ਗੱਭਨ ਦਿਨ ਪਹਿਲੇ ਨਵੇਂ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਵੀਡੀਓ ਬਤ-ਬਤ ਸ਼ੇਅਰ ਕਰੋ ਬਾਕੀ ਤਰੀਕਾ ਕੋ ਸਕੇ ਤੇ ਬੋਨਸ ਆਜ ਨਹੀਂ ਜੀ ਬਿਲਕੁਲ ਸਕੇ ਸੱਚਾ ਆ ਕੇ ਬੋਨਸ ਰਤ ਮਿਲਣਸ ਆਇਆ ਨਵੰਬਰ ਦਸੰਬਰ ਤੱਕ 2 ਮਹੀਨੇ ਦਾ ਪ੍ਰੋ ਰੋਗਾ ਹੈ ਕੋਈ ਵੀ ਇਹਦਾ ਤੁਸੀਂ ਦਮੰਦਾ ਕਰ ਸਕਦੇ ਹੋ ਇੰਤ੍ਰੋ ਤਰੰਤਰ ਨਵੰਬਰ ਔਰ ਬੋਨਸ ਫੋਨ ਦਾ ਬਦੂਤੋ ਆ ਉਹਦੇ ਬਾਰੇ ਵਿੱਚ ਦੱਸਾਂਗਾ ਤੇ ਇੰਤ੍ਰੋ ਤਰੰਤਰ ਨਵੰਬਰ ਯਾਨੀ ਕਿ ਰੈਟ ਤੀ ਐਮਰਜੈਂਸੀ ਸਾ ਤੇ ਜਿਹੜਾ ਨਵਾਂ ਦਿਖ ਰੋ ਤੋ ਆ ਦਿਖ ਰੋ ਤਰਲਾਂਚੀ ਉਹਦੇ ਅਕੋਰਡਿੰਗ ਤੁਸੀਂ ਇੰਤ੍ਰੋ ਤਰੰਤਰ ਨਵੰਬਰ 3 ਨਵੰਬਰ ਤੋਂ ਪਹਿਲੇ ਤੁਸੀਂ ਦਮੰਦਾ ਕਰਸਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਪਹਿਲੇ 3 ਮਹੀਨੇ ਦਾ ਬੋਨਸ ਆ ਚੁੱਕਿਆ ਹੈ ਰੈਟੂ ਦੀ ਐਮਰਜੈਂਸੀ ਜਿਹੜੇ ਬੰਦੇ ਕੰਪੈਟੀਬਲ ਹਨ ਇਹਦੇ ਨਾਲ ਜਿਹੜੇ ਬੰਦੇ ਅੱਕ ਰੱਖਦੇ ਨੇ ਉਹ ਬੰਦੇ ਲੈ ਸਕਦੇ ਨੇ ਬੋਨਸ ਜਿਹੜੇ ਬੰਦੇ ਰੈਟੂ ਦੀ ਚੀਤਾ ਦੇਣਾ ਦਾ ਰੈਟੂ ਦੀ ਐਮਰਜੈਂਸੀ ਲੈਣਾ ਚਾਹੁੰਦੇ ਨੇ ਉਹ ਅਪਲਾਈ ਕਰ ਸਕਦੇ ਨੇ ਅੰਤ ਤਰਾਂ ਤੱਕ ਨਵੰਬਰ ਉਹ ਰੈਟੂ ਦੀ ਜਿਹਦਾ ਨੰਦਾ ਜਿਹੜੇ ਲੈ ਰਹੇ ਨੇ ਜਿਉਂ ਉਹਨਾਂ ਨੂੰ ਪੈਸੇ ਥੋੜੇ ਮਿਲ ਰਹੇ ਨੇ ਉਹ ਜੇ ਪੈਸੇ ਕੱਟ ਲੈਂਦੇ ਨੇ ਵੀ ਰੈਟੂ ਦੀ ਚੀਤਾ ਦੇਣਾਂ ਦਾ ਤੇ ਫੇਰ ਵੀ ਉਹ ਜਿਹੜੇ ਕੰਪੈਟੀਬਲ ਹੈ ਨੇ ਤੇ ਉਹ ਦਮੰਦਾ ਇਹ ਕਰ ਸਕਦੇ ਨੇ ਕਿਉਂਕਿ ਇਸ ਬੋਨਸ ਦੇ ਅਕੋਰਡਿੰਗ ਫਿਰ ਉਹਨਾਂ ਨੂੰ ਪੈਸੇ ਪੂਰੇ ਕਰਕੇ ਦਿੱਤੇ ਜਾਣਗੇ ਉਹਨਾਂ ਦੇ ਅਕਾਊਂਟ ਵਿੱਚ ਆਉਣਗੇ ਰਿਕੁਆਇਰਮੈਂਟ ਕੀ ਹੈ ਰਿਕੁਆਇਰਮੈਂਟ ਸੇਮ ਹੀ ਹੈ ਜੀ ਬਿਲਕੁਲ ਸੇਮ ਹੈ ਉਸ ਰਿਕੁਆਇਰਮੈਂਟ ਜਿਹੜੀ ਮੈਂ ਪਿੱਛੇ ਕਾਫੀ ਵੀਡੀਓ ਬਣਾ ਚੁੱਕਿਆ ਰੈਜ਼ੀਡੈਂਸ ਆਈ ਤੇ ਇਟਲੀ ਦੇ ਵਿੱਚ ਹੋਣਾ ਚਾਹੀਦਾ ਹਨ ਉਹਨਾਂ ਦੇ ਤੋਂ ਫੈਮਲੀ ਆਰੇ ਰਿਫਰਮੈਂਟ ਅਲਮੇਜ਼ੀ ਸਤੰਬਰ ਸਤੰਬਰ ਦਾ ਹੋਣਾ ਜੀ ਇਨਫਰੋ ਜੋ ਸੂਲੀ ਰੈਮ ਰੈਮ ਦੇ ਅਕੋਰਡਿੰਗ ਜਿਹੜਾ ਹੋਣਾ ਚਾਹੀਦਾ ਸਤੰਬਰ ਜਿਹੜਾ ਇਹਨਾਂ ਦਾ ਰਹਿ ਤੋ ਇਹ ਰਿਕੁਆਇਰਮੈਂਟ ਹੈ ਨਾ ਜੀ ਠੀਕ ਹੈ ਜੀ

2000 ਯੂਰੋ ਤੁਹਾਡੇ ਕੋਲੇ ਕੱਟ ਹੋਣਾ ਚਾਹੀਦਾ ਬੈਂਕਾਂ ਜਾਂ ਕੰਜੀਤੇ ਵੀ ਤੁਹਾਡਾ 5000 ਯੂਰੋ ਕੱਟ ਹੋਣਾ ਚਾਹੀਦਾ ਫਿਰ ਫੀ ਕਸਬੰਦੇ ਦਾ ਟੋਟਲ 20000 ਇਹ ਕੋਈ ਹੈਂਡੀਕੈਪ ਦੀ ਗੱਲ ਕਰੀ ਵਿੱਚ ਹੈ 25000 ਬੰਦੇ ਦਾ ਹੋ ਸਕਦਾ ਹੈ ਔਰ ਇਸੇ ਵਲੋਰੇ ਏਰੀਆ ਉਪਰ 15000 ਤੋਂ ਵਾਧ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਪਹਿਲੇ ਰਿਕੁਆਇਰਮੈਂਟ ਸੀ ਤੇ ਫਿਰ ਤੁਸੀਂ ਦਮੰਦਾ ਕਰ ਸਕਦੇ ਹੋ ਨਵੰਬਰ ਇੰਟਰੋ ਤਨ ਨਵੰਬਰ 3 ਨਵੰਬਰ ਦੇ ਤੱਕ ਤੱਕ 3 ਮੈਕਸਿਮਮ 3 ਨਵੰਬਰ ਤੱਕ 2 ਮਹੀਨੇ ਦਾ ਪ੍ਰੋਰੋਗਾਇ ਹੈ ਜਿਹਦੇ ਵਿੱਚ ਨਵੰਬਰ ਔਰ ਦਸੰਬਰ ਦਾ ਤੁਸੀਂ ਅਪਲਾਈ ਕਰ ਸਕਦੇ ਹੋ ਟਿਕਰੇ ਤੋਂ ਰੀਲਾਂਚ ਦੇ ਵਿੱਚ ਇਹ ਲਾ ਕੇ ਐ ਅਨਾਉਂਸ ਕੀਤਾ ਹੈ ਗਜ਼ੇਟ ਅਫੀਸ਼ੀਅਲ ਹੈ ਗੱਲ ਕਰੀਏ ਜ਼ਿਕਰੇ ਤੋਂ ਬੋਨਸ ਦੇ ਜ਼ਿਕਰੇ ਤੋਂ ਰਿਸਟੋਰੀ ਨੋਨ ਸੋਲੋ ਦਾ ਟਾ ਦੀ ਸਕਾਡੈਂਜ਼ਾ ਇਨਸਰਿਟੋ ਨਲਾ ਟੈਸਟੋ ਸਰਵ ਦਾ ਟਾ ਦੀ ਸਕਾਡੈਂਜ਼ਾ ਐਕਸਪਾਇਰੀ ਡੇਟ ਨਹੀਂ ਲਿਖੀ ਹੈ ਵੀ ਠੀਕ ਹੈ ਜੀ ਕਾਫੀ ਸਾਰੇ ਬੋਨਸ ਆਏ ਨੇ ਛੋਟੇ-ਮੋਟੇ ਜਿਹਦੇ ਵਿੱਚੋਂ ਮੈਂ ਮੈਂ ਇਹਨਾਂ ਦੀ ਹੀ ਗੱਲ ਕਰਾਂਗੇ ਜਿਨ੍ਹਾਂ ਦਾ ਮੈਂ ਤੁਹਾਨੂੰ ਕਿਹਾ ਹੈ ਤੇ ਕੰਟਰੀਬੂਟਰ ਫੰਡ ਉਪਰ ਦਿੱਤੋ ਬੋਨਸ ਕੋਵਿਡ ਜਿਹੜਾ ਕੀ ਪੋਕੇਦਰੇ ਆਯੂਤੋ ਕਿਹੜਾ ਬੰਦਾ ਲੈ ਸਕਦਾ ਹੈ 800 ਯੂਰੋ 1000 ਯੂਰੋ ਤੱਕ ਬਨੋ ਸਾਹਮਣੇ ਜੀ ਠੀਕ ਹੈ ਜੀ ਇਹਦੇ ਲਈ ਵੀ ਕੋਈ ਪਾਰਟੀਕਲ ਕੰਡੀਸ਼ਨ ਨਹੀਂ ਹੈ ਪਾਰਟੀਕਲ ਰਿਕੁਆਇਰਮੈਂਟ ਨਹੀਂ ਹੈ ਜਿਵੇਂ ਕਿ ਪਹਿਲੀ ਰਿਕੁਆਇਰਮੈਂਟ ਸੀ ਸਾਰੀਆਂ ਹੋਰ ਰਿਕੁਆਇਰਮੈਂਟ ਨੇ ਠੀਕ ਹੈ ਜੀ ਨਵਾਂ ਜਿਹੜਾ ਦੇ ਜੀਪੀਐਮ ਜਿਹੜਾ ਸਵੇਸ਼ ਕੀਤਾ ਗਿਆ ਸੀ 24 ਅਕਤੂਬਰ ਨੂੰ 22 ਅਕਤੂਬਰ ਨੂੰ ਅਗੁੱਸਤ ਦਾ ਅਫੀਸ਼ੀਅਲ ਆਇਆ ਹੈ ਇਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਸੈਂਪਰੇ ਉਹ ਕੰਡੀਸ਼ਨਾਂ ਨੇ ਜਿਨ੍ਹਾਂ ਨੇ ਜਿਹੜੇ ਬੰਦੇ ਅਪਲਾਈ Eu am ai datută detaliul din ară pele video în aici, că contribuția fondului do, una replică, cândod ghea previzută de decretul rilancio lansiu, articol 2000, articol 50 de acording. Desigur, natau al solu, impresese rafus companiis nu, directamente interesate restrăsione individuată, baze de, da atac cu activo, codici atac cu activ, activo vezi bonus al soluilor de salarii, orda de lucratoarei, पता को एंट्रटेनमेंट के सैक्टर भी कम करते हैं स्टेज ये वो इस तरह दे करते हैं जक्टर बगैर शो बेज ने टूरिज्मी तबीली मेहनत तिरमारी स्पोर्टस सैक्टर भी काम करते हैं ठीक है ये सारे यद अंडर आते अप्लाई सकते हैं अट्ठ सौ जीरो बोनसा लैके हजार यूरो तक इम्प्रेसुतरी Per i bonus. È necessario fare distensione a base del cambiamento requisiti e rispettare la modalità di pagamento entro l'importo, sia già dritto. che non dritto è ज्यादा वाजिया करके दस लगे बाजार इन दिन अपलाई कर सकते हैं लवरतोरी टूरिज्मिज्मी सबेली मेहनत तरम आई डिपेंड एन दीताजनहोरी लवरोतोरी इन समिनि समिन ने डिपेंड एन दी टपो दरमिनाथ हो जिन्हा के जिस सैक्टर ने टैम्पो दरमिनाथ लिमिटेड टाइप के जर्कर ने डिपेंड रहते लिमिटेड टाइप के ठीक है जी टूरिजम के सैक्टर काम करते हैं ठीक है

ਜੇ ਦਾਦੇ ਕਹਿੰਨੇ ਜਿਨ੍ਹਾਂ ਦਾ ਕੋਵਿਡ ਦੀ ਚਿੰਤਾ ਉਹਦੀ وجہ ਨਾਲ ਖਤਮ ਹੋ ਗਏ ਕੰਮ ਰੀਦੋਤੋ ਸਸਪੈਸੋ ਐਲੋਰਾ ਐਕਟੀਵਿਤਾ ਗਿਆ ਕਟੋ ਗਿਆ ਨੇ ਦੀ ਐਕਟੀਵਿਟੀਜ਼ ਯਰ ਰਿਪੋਰਟੇ ਲਵੋਰੋ ਉਹਨਾਂ ਦੇ ਲਈ ਵੀਜ਼ ਆਰ ਯੂਰ ਦਾ ਬੋਨਸ ਹੈਗੇ ਵੇ ਲਵਰਤੋ ਰੀਸਪੋਰਟੀਵੀ ਲਵਰਤੋ ਰੀਸਪੋਰਟਸ ਦੇ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਲਈ 8 ਯੂਰੋ ਦਾ ਬੋਨਸ ਹੈ ਐਂ ਦੇ ਨੀਤਾ ਪਰ ਮੈਜੀ ਦਿਨੀ ਉਹ ਮੰਬਰ ਇਨ ਨੋੰਬਰ ਦੇ ਲਈ ਇੱਕ ਬੋਨਸ ਹੈ ਮਹੀਨੇ ਨੋੰਬਰ ਦੇ ਲਈ ਯੋ ਕਿ ਸੇ ਦੇ ਸ਼ੋਅ ਵਿੱਚ ਸਲੂਤੀ ਔਰ ਸਪੋਰਟਸ ਦੇ ਸ਼ੋਅ ਵਿੱਚ ਕੰਮ ਕਰਦੇ ਨੇ ਹਾਂਜੀ ਇੱਥੇ ਲੋ ਜੀ ਮੈਂ ਅੱਜ ਤੁਹਾਨੂੰ ਸ਼ੇਅਰ ਕਰਾਂਗਾ ਜਿਹੜੀ ਅੱਜ ਦੀ ਅਪਡੇਟ ਹੈ ਕੋਵਿਡ ਦੀ ਕੋਵਿਡ ਦਾ ਹਾਲਾਤ ਬਿਲਕੁਲ ਅਚੇ ਨਹੀਂ ਚੱਲ ਰਹੇ ਹੈ ਖਾਸ ਕਰਕੇ ਹਿਟਲਿਟ ਦੇ ਵਿੱਚ ਔਰ ਆਪਣੀ ਕੰਟਰੀ ਵਿੱਚ ਗੱਲ ਕਰੀਏ ਜੀ ਇਹਦੇ ਵਿੱਚ ਵੀ ਤੇ ਕੋਵਿਡ ਦਾ ਹੈ ਸਾਰੀ ਹਰ ਸਾਰੀ ਦੁਨੀਆ ਤੋਂ ਬਚੜੇ ਨੇ ਕੇਸਿਸ ਲੇਕਿਨ ਖਾਸ ਕਰ ਅਮਰੀਕਾ ਦੇ ਵਿੱਚ ਪਿਛਲੇ ਦਿਨਾਂ ਵਿੱਚ 1 ਲੱਖ ਪਲੱਸ ਕੇਸਿਸ ਹੋਏ ਨੇ ਜਿਹਦੇ ਵਿੱਚ ਅੱਜ 70 ਹਜ਼ਾਰ ਪਲੱਸ ਨੇ ਇਹਨੇ ਮਾਰਕੀਪ 95 ਲੱਖ ਪਲੱਸ ਹੈ ਦੂਸਰਾ ਨੰਬਰ ਤੇ ਇੰਡੀਆ ਵੇ ਖਾਸ ਕਰਕੇ ਇੰਡੀਆ ਪਾਕਿਸਤਾਨ ਰੁਪਏ ਇਟਾਲੀ ਦੀ ਗੱਲ ਕਰਾਂਗਾ ਮੈਂ ਇੰਡੀ ਦੇ ਵਿੱਚ 82 ਲੱਖ 68914 ਬੰਦੇ 34510 1ਵੇਂ ਬੰਦੇ ਅੱਜ ਦੇ ਸੀਜ਼ਨ ਨੇ 123139 ਅਬ ਗੱਲ ਹੋ ਚੁੱਕੀ ਹੈ ਇੰਡੀਆ ਵਿੱਚ 497 ਹੋਬਾਤਾ ਅਜੂਈਆਂ ਨੇ ਇੰਡੀ ਦੇ ਵਿੱਚ ਜਿਹੜੇ ਰਿਕਵਰ ਹੋ ਚੁੱਕੇ ਨੇ 76 ਲੱਖ 1429 ਬੰਦੇ ਰਿਕਵਰ ਹੋ ਚੁੱਕੇ ਨੇ ਇੰਡੀਆ ਵਿੱਚ ਗੱਲ ਕਰੀਏ ਪਾਕਿਸਤਾਨ ਇੰਡੀਆ ਹੈਗਾ ਦੂਸਰੇ ਨੰਬਰ ਤੇ ਬੇਸਿਕਲੀ ਗਲਗ੍ਰੇਟ ਹਾਲੀ ਦੀ ਹਾਲੀ ਬਾਹਰ ਮੈਨੂੰ ਬਤਾ ਚੁੱਕੇ ਹੋਏ ਹੈ ਇਟਲੀਆ ਨੇ ਕਰਾਸ ਕਰ ਦਿੱਤੇ ਸਾਊਥ ਅਫਰੀਕਾ ਨੂੰ ਇਟਲੀ ਦੇ ਵਿੱਚ ਕਿੰਨੇ ਕੇਸਿਸ ਬਹੁਤ ਤੇਜ਼ੀ ਨਾਲ ਵਧ ਰਹੇ ਨੇ ਜਿੰਨੀ ਕਿ ਛੋਟੀ ਕੰਟਰੀ ਹੈ ਉਹਦੇ تقریبا 7 ਕਰੋੜ 6.5 ਸਵਾ 6.5 ਕਰੋੜ ਦੇ ਇਹ ਗੜਵਾਦੀ ਹੈ ਦੀ ਇਹਦੇ ਬਾਵਜੂਦ ਇਹਦੇ ਵਿੱਚ ਦਿੱਲੀ ਦੇ ਕੇਸਿਸ 22000 ਜਿਵੇਂ ਅੱਜ ਆਏ ਨੇ ਤੇ 25000 30000 ਤੱਕ ਆ ਰਹੇ ਨੇ ਮੈਕਸ 31000 ਤੱਕ ਗਏ ਨੇ ਇਟਲੀ ਦੇ ਵਿੱਚ ਟੋਟਲ ਕੇਸਿਸ ਹੋ ਗਏ ਨੇ 731582 ਤੇ 22253 ਬੰਦੇ ਜਿਹੜੇ ਨੇ ਇਹ ਇਟਲੀ ਦੇ ਵਿੱਚ ਅਫਸੋਸ ਦੇ ਨਾਲ ਅੱਜ ਦੇ ਕਿਸੇ ਨੇ 3959 ਬੰਦੇ ਮਬਾਤ ਹੋ ਚੁੱਕੇ ਨੇ 233 ਫੋਰਥ ਅੱਜ ਹੋਏ ਨੇ ਇਟਲੀ ਦੇ ਵਿੱਚ 29917 ਬੰਦੇ ਜਿਹੜੇ ਨੇ ਇਹ ਇਟਲੀ ਦੇ ਵਿੱਚ ਰਿਕਵਰ ਹੋ ਚੁੱਕੇ ਨੇ ਠੀਕ ਹੈ ਤੇ ਗੱਲ ਕਰੀਏ ਸੀ ਪਾਕਿਸਤਾਨ ਦੀ ਪਾਕਿਸਤਾਨ ਦੇ ਵਿੱਚ ਕਦਰੇ ਬਿਹਤਰੇ ਹਾਲਾਤ ਲੇਕਿਨ ਉਤਨੇ ਬਿਹਤਰ ਨਹੀਂ ਕੀ ਜਾ ਸਕਦੇ ਐ ਵੀ ਕਿ ਕਿਉਂਕਿ ਹਾਲਾਤ ਫੇਰ ਦੁਬਾਰਾ ਕੁੰਟਾਜ ਜਰੀਏ ਪਾਕਿਸਤਾਨ ਦੇ ਵਿੱਚ ਵੀ ਵਧ ਰਹੀ ਹੈ ਪਾਕਿਸਤਾਨ ਦੇ ਵਿੱਚ ਹਜ਼ਾਰਾਂ ਅਜੀਵਰਾ ਟੱਪ ਚੁੱਕੇ ਹੋਏ ਨੇ 33593 ਬੰਦੇ ਟੋਟਲ ਹੋ ਚੁੱਕੇ ਨੇ 1123 ਬੰਦੇ ਜਿਹੜੇ ਅੱਜ ਦੇ ਕੇਸਿਸ ਨੇ 6835 ਮਾਮਲੇ ਹੋ ਚੁੱਕੇ ਨੇ 12 ਬੰਦੇ ਆ ਜੀ ਫੋਟੋ ਨੇ 31516 ਬੰਦੇ ਜਿਹੜੇ ਨੇ ਇਹ ਰਿਕਵਰ ਹੋ ਚੁੱਕੇ ਨੇ ਤੇ ਅਲਾਜ ਜਿਹੜੇ ਅੱਛੇ ਨਹੀਂ ਹੈ ਵੀ ਰੱਬ ਕੋਲੋਂ ਖੈਰ ਮੰਗਣੀ ਚਾਹੀਦੀ ਹੈ ਤੇ ਸਭ ਦਾ ਬਲ ਸਭ ਦੀ ਖੈਰ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰੋ ਮਿਲਾਂਗੇ ਅਗਲੀ ਵੀਡੀਓ ਤਦ ਤੱਕ ਲਈ ਚਾਹਦੇ ਹੋ ਫੇਰ ਮੰਨ ਲਾ